ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਅਸੀਂ ਕਰ ਰਹੇ ਹਾਂ ਔਰ ਤੁਹਾਡੀ ਕਾਲਸ ਵੀ ਸਾਨੂੰ ਆ ਰਹੀ ਹੈ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਪ੍ਰਤੀਕਰਮ ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰ ਸਿੰਘ ਹੈ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਜੀ, ਠੀਕ ਹੋ? ਬਹੁਤ ਚੜ੍ਹਦੀ ਕਲਾ ਜੀ। ਅੱਜ ਮੈਂ ਤੁਹਾਨੂੰ ਦੋ ਪੁਆਇੰਟ ਰੱਖਣੇ ਚਾਹੁੰਦਾ ਜੀ। ਜੀ ਇੱਕ ਕਿ ਇਹ ਪ੍ਰੋਬਲਮਾਂ ਕਿਉਂ ਆਉਂਦੀਆਂ? ਜੀ ਉਹ ਹੈ ਕਿ ਜਿਹੜੀ ਨਾ ਸਾਡੀਆਂ ਸਿਆਸਤ ਸਿਆਸੀ ਪਾਰਟੀਆਂ, ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ, ਜੀ ਜੀ ਉਹ ਐਕਚੁਲੀ ਕੰਮ ਕਰਕੇ ਦਿਖਾ ਕੇ ਨਹੀਂ, ਉਹਨਾਂ ਦਾ ਕੋਈ ਇੰਟਰਸਟ ਕਿ ਅਸੀਂ ਆਹ ਕੰਮ ਕਰੀਏ ਜਾਂ ਅਸੀਂ ਸੋਚੀਏ ਕਿ ਲੋਕਾਂ ਲਈ ਆਹ ਪ੍ਰੋਬਲਮ ਆ ਸਕਦੀ ਹੈ, ਅਸੀਂ ਪਹਿਲਾਂ ਹੀ ਬੰਦੋਬਸਤ ਕਰੀਏ। ਜੀ ਜੀ ਉਹ ਆਪਣਾ 99% ਟਾਈਮ ਜੀ ਵਿਰੋਧੀ ਪਾਰਟੀਆਂ ਦੇ ਦੀ ਨੁਕਤਾਚੀਨੀ ਜਿਹਾ ਲਾ ਦਿੰਦੇ ਆ ਜੀ, ਇੱਕ ਦੂਜੇ ਨੂੰ ਤੰਜ ਕਸ ਕੇ ਖਤਮ ਕਰ ਦਿੰਦੇ ਨੇ ਜੀ। ਖਤਮ ਉਹਨਾਂ ਦਾ ਮਤਲਬ ਇਹ ਹੁੰਦਾ ਕਿ ਅਸੀਂ ਜਿਹੜੀਆਂ ਸਾਡੀਆਂ ਨਾਕਾਮੀਆਂ ਆ ਉਹ ਲੁਕੀਆਂ ਰਹਿਣ, ਅਸੀਂ ਦੂਜਿਆਂ ਦੇ ਉੱਤੇ ਚਿੱਕੜ ਸਿੱਟੀ ਜਾਈਏ ਤੇ ਜਿਹੜੇ ਭੋਲੇ ਭਾਲੇ ਲੋਕ ਆ ਜੀ ਉਹ ਇਹਨਾਂ ਵਿੱਚ ਸੁਣ ਲੈਂਦੇ ਆ ਤੇ ਵੋਟਾਂ ਵੀ ਉਹਨਾਂ ਦੀਆਂ ਬਣ ਜਾਂਦੀਆਂ, ਉਹ ਚ ਉਹਨਾਂ ਨੂੰ ਵੋਟਾਂ ਬਣਾਉਣੀਆਂ ਵੀ ਸੌਖੀਆਂ ਆ, ਕੰਮ ਕਰਨਾ ਔਖਾ ਆ। ਜੀ 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 ਠੀਕ ਹੈ ਜੀ। ਇਹ ਜਿਹੜਾ ਮੈਂ ਪੋਲੀਟੀਕਲ ਚੀਜ਼ ਨੂੰ ਇੱਕ ਪਾਸੇ ਛੱਡ ਕੇ ਵੈਸੇ ਗੱਲ ਕਰ ਰਿਹਾ, ਆਪਾਂ ਉਦੋਂ ਆ ਜਾਈਏ ਕਿ ਹੁਣੇ ਹੁਣੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਇਆ ਸੀ 2 ਦਿਨ ਦਾ, ਅਗਰ ਤੁਸੀਂ ਉਹਨੂੰ ਐਨਲਾਈਜ਼ ਕਰੋ ਨਾ ਕਿ ਉਹਨਾਂ ਨੇ ਉੱਥੇ ਕੀ ਕੀਤਾ, ਉਹ ਸਿਰਫ ਤੇ ਸਿਰਫ ਇੱਕ ਵਿਰੋਧੀ ਪਾਰਟੀ ਨੂੰ ਕਮਜ਼ੋਰ ਕਰਨ ਤੇ ਸਾਰਾ ਜ਼ੋਰ ਲੱਗਿਆ, ਆਰੋਪ ਪ੍ਰਤੀਆਰੋਪ ਦੀ ਰਾਜਨੀਤੀ ਹੋਈ। ਪਰਮਿੰਦਰ ਸਿੰਘ ਜੀ, ਹੋਰ ਵੀ ਸਾਰੇ ਕਾਲਰਸ ਨੇ, ਉਹਨਾਂ ਦੇ ਵੀ ਆਪਾਂ ਲੈ ਲਈਏ, ਸਮਝ ਆ ਗਈ ਤੁਹਾਡੀ ਗੱਲ, ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ। ਇੱਕ ਮਿੰਟ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜੀ। ਜੀ 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 ਇਹ ਤਾਂ ਇਹ ਗੱਲ ਹੋ ਗਈ ਕਿਉਂਕਿ ਉਹ ਕੰਮ ਕਰਦੇ ਨਹੀਂ ਤਾਂ ਇਹ ਕਰਦੇ, ਦੂਜਾ ਕੰਮ ਜੀ ਇਹ ਤਾਂ ਹੋ ਸਕਦੀਆਂ ਇਹ ਚੀਜ਼ਾਂ, ਜਿੱਦਾਂ ਆਪਾਂ ਫਸਲਾਂ ਦੀ ਗੱਲ ਕਰੀਏ ਕਿ ਅਗਰ ਨਾ ਇਹਨਾਂ ਚੀਜ਼ਾਂ ਦੀ ਇੰਸ਼ੋਰੈਂਸ ਕੀਤੀ ਜਾਵੇ ਜੀ 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 ਗੌਰਮੈਂਟ ਲੈਵਲ ਦੇ ਉੱਤੇ ਹਰ ਬੰਦੇ ਦੀ ਨਾ ਜਿਹੜੀ ਚੀਜ਼ਾਂ ਦੀ ਇੰਸ਼ੋਰੈਂਸ ਹੋਵੇ ਨਾ, ਥੋੜੀ ਥੋੜੀ ਪੈਸੇ ਗੌਰਮੈਂਟ ਪਾ ਸਕਦੀ ਆ, ਥੋੜੀ ਕਿਸਾਨ ਵੀ ਪਾ ਸਕਦਾ, ਫਿਰ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਉਹ ਬੰਦੇ ਨੂੰ ਨਾ ਅਗਰ ਕੋਈ ਨੁਕਸਾਨ ਨਾ ਹੋਵੇ ਅਗਲੇ ਸਾਲ ਉਹਨੇ ਫਿਰ ਆਪਣੇ ਭਰਵਾਈ ਕਰ ਲਿਆ। ਆਈ ਥਿੰਕ ਅ ਵੈਲਿਡ ਪੁਆਇੰਟ ਪਰਮਿੰਦਰ ਜੀ, ਥੈਂਕ ਯੂ ਵੈਰੀ ਮਚ। ਹੋਰ ਵੀ ਕਾਲਰ ਸਨ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸੁਰਿੰਦਰ ਸਿੰਘ ਜੀ, ਅੱਜ ਆਪਾਂ ਇਹ ਵਿਸ਼ਾ ਨਹੀਂ ਕਰ ਰਹੇ, ਸਾਡੇ ਨਾਲ ਹੋਰ ਵੀ ਕਾਲਰਸ ਨੇ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਸਿੰਘ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸ਼ਰਮਾ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਮੱਖਣ ਸਿੰਘ ਬੋਲਦਾ ਜੀ, ਲੰਡਨ ਤੋਂ। ਆਪਣੇ ਸਿੰਘ ਸਾਹਿਬ ਜਿਹੜਾ ਵਿਸ਼ਾ ਵੀ ਬਹੁਤ ਵਧੀਆ, ਇਸੇ ਵਿਸ਼ੇ ਤੇ ਜੀ ਵਿਸ਼ੇ ਚੰਗੇ ਚੰਗੇ ਦੇ ਜੀ ਜੀ ਮੱਖਣ ਜੀ ਮੱਖਣ ਸਿੰਘ ਜੀ, ਕੀ ਰੱਖਣਾ ਚਾਹੋਗੇ ਆਪਣੀ ਗੱਲ, ਕਿਹੜੀ ਗੱਲ ਰੱਖਣੀ ਚਾਹੋਗੇ? ਆਪਣੀ ਗੱਲ ਇਹੋ ਹੀ ਆ ਜੀ, ਆਪਣੇ ਸਿੰਘ ਸਾਹਿਬ ਤੁਹਾਡੇ ਨਾਲ ਵਿਚਾਰ ਇਹੋ, ਸਾਡੇ ਜਿੰਨੇ ਵੀ ਸੁਣਨ ਵਾਲੇ ਆ ਸਾਰਿਆਂ ਨੂੰ ਦੱਸ ਕੇ ਇਹੋ ਮੇਰੇ ਵੱਲੋਂ ਇਹੋ ਕਹਿਣਾ ਆ ਜੀ, ਜਿਹੜਾ ਆਪਣਾ ਕਰਪਟ ਸਿਸਟਮ ਜਾਂ ਭ੍ਰਿਸ਼ਟ ਸਿਸਟਮ ਹੈ ਨਾ ਜੀ, ਇਹ ਜੀ ਥੱਲਿਓ ਨੀ ਸ਼ੁਰੂ ਹੁੰਦਾ ਜੀ, ਇਹ ਉੱਪਰੋਂ ਹੀ ਸ਼ੁਰੂ ਹੁੰਦਾ ਆ ਤੇ ਖਤਮ ਵੀ ਉੱਪਰੋਂ ਹੀ ਹੋਣਾ ਆ ਜੀ ਜੀ, ਕਿਉਂਕਿ ਜਦੋਂ ਤੱਕ ਵੱਡੇ ਲਈ ਵੱਡੇ ਨੂੰ ਕਿਸੇ ਨੂੰ ਹੱਥ ਨੀ ਪੈਂਦਾ, ਥੱਲੇ ਵਾਲੇ ਨੂੰ ਕੋਈ ਡਰ ਨਹੀਂ ਜੀ, ਥੱਲੇ ਵਾਲੇ ਨੂੰ ਪਤਾ ਆ ਵੀ ਉੱਤੇ ਜਾ ਰਿਹਾ ਆ ਸਾਰਾ ਕੁਛ, ਤੇ ਉਹਨੇ ਉਹਨਾਂ ਚਿਰ ਹਟਾਉਣ, ਠੀਕ ਹੈ ਜੀ ਜੀ। ਇਹ ਚੀਜ਼ ਜਿਹੜੀ ਵੀ ਆ ਸਭ ਤੋਂ ਵੱਡਾ ਮੁੱਦਾ ਜਿਹੜਾ ਆ ਆਪਣੇ ਪੰਜਾਬ ਦੇ ਵਿੱਚ, ਜਦੋਂ ਇਲੈਕਸ਼ਨਾਂ ਸੀਗੀਆਂ ਇਹਨਾਂ ਨੇ ਕਈ ਮੁੱਦੇ ਰੱਖ ਕੇ ਆਏ ਆ ਨਾ ਕਾਂਗਰਸ ਸਰਕਾਰ ਦੀ ਜੀ ਜੀ, ਤੇ ਜ਼ਿਆਦਾ ਕੁਛ ਕੰਮ ਕਰਨ ਦੀ ਲੋੜ ਨਹੀਂ, ਸਿੰਘ ਸਾਹਿਬ ਕਿਸੇ ਨੂੰ ਲਾਂਬਲੇ ਆਟਾ ਦਾਲ ਜਾਂ ਸਕੀਮਾਂ ਜਿਹੜੀਆਂ ਨਾ ਇਹ ਕੁਛ ਨਾ ਦੇਣ ਗੌਰਮੈਂਟਾਂ, ਇਹ ਗਰੰਟੀ ਆ ਇਸ ਚੀਜ਼ ਦੀ, ਸਾਰੇ ਆਪਣੇ ਪੰਜਾਬ ਦੇ ਲੋਕਾਂ ਦਾ ਬਜਟ ਸੈੱਟ ਹੋ ਜਾਊਗਾ ਜੀ, ਇਹ ਸਿਰਫ ਐਜੂਕੇਸ਼ਨ ਤੇ ਹੈਲਥ ਸਿਸਟਮ ਤੇ ਕੰਮ ਕਰ ਲੈਣ ਜੀ, ਜਿੰਨੀ ਲੋਕਾਂ ਦੀ ਇਹਦੇ ਵਿੱਚ ਬਰਬਾਦੀ ਹੋ ਰਹੀ ਹੈ ਨਾ, ਲੋਕਾਂ ਦੇ ਘਰਾਂ ਦੇ ਬਜਟ ਹਿੱਲੇ ਹੋਏ ਆ ਜੀ, ਤੇ ਇੱਥੇ ਸਾਰਾ ਕੁਛ ਸੈੱਟ ਹੋ ਜਾਊਗਾ ਜੀ, ਜੇ ਇਸ ਤੋਂ ਲੋਕ ਬਚ ਜਾਣ ਪੰਜਾਬ ਦੇ, ਤੇ ਮੈਨੂੰ ਪਤਾ ਵੀ ਬਹੁਤ ਕੁਛ ਹੋ ਸਕਦਾ ਜੀ। ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ ਵੈਰੀ ਮੱਚ ਜੀ। ਐਜੂਕੇਸ਼ਨ ਔਰ ਹੈਲਥ ਸੈਕਟਰ ਦੇ ਬਾਰੇ ਇਹਨਾਂ ਨੇ ਕਿਹਾ ਕਿ ਸੋਚਣ ਦੀ ਲੋੜ ਹੈਗੀ ਹੈ। ਹੋਰ ਵੀ ਕਾਲਰ ਸਨ, ਹੈਲੋ ਹੈਲੋ ਹੈਲੋ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਜੀ, ਮੈਂ ਚਾਹਾਂਗਾ ਕਿ ਤੁਸੀਂ ਆਪਣੇ ਫੋਨ ਨੂੰ ਥੋੜ੍ਹਾ ਜਿਹਾ ਆਪਣੇ ਠੀਕ ਤਰੀਕੇ ਨਾਲ ਸੈੱਟ ਕਰਿਓ ਜੀ, ਹੁਣ ਬਿਹਤਰ ਹੈ ਜੀ। ਹਾਂਜੀ ਹਾਂਜੀ, ਮੈਂ ਬਹੁਤ ਵਧੀਆ ਮੁੱਦਾ ਅੱਜ ਤੁਸੀਂ ਲੈ ਕੇ ਤੁਸੀਂ ਵੱਡੇ ਵੀਰ ਜੋ, ਬਹੁਤ ਹੀ ਵਧੀਆ ਮੁੱਦਾ ਵਾ। ਇੱਥੇ ਮੈਂ ਆਪਣਾ ਇੱਕ ਛੋਟਾ ਜਿਹਾ ਪੱਖ ਰੱਖਣਾ ਚਾਹੁੰਦਾ ਜੀ, ਕਿ ਇਹਦੇ ਵਿੱਚ ਸਰਕਾਰਾਂ ਦਾ ਤੇ ਬਹੁਤ ਜ਼ਿਆਦਾ ਵੱਡਾ ਰੋਲ ਆ, ਤੇ ਦੂਸਰਾ ਸਾਡੇ ਜ਼ਿਮੀਦਾਰ ਹੀ ਆ ਜੀ, ਤੇ ਜ਼ਿਮੀਦਾਰਾਂ ਦਾ ਵੀ ਜੀ। ਵੇਖੋ, ਦਰਿਆ ਦੇ ਕੰਢੇ ਦੇ ਉੱਤੇ ਆਪਾਂ ਜਾ ਕੇ ਜੀ ਉਹਦੇ ਵਿੱਚ ਜ਼ਮੀਨ ਦਰਿਆ ਨੂੰ ਪੂਰ ਪੂਰ ਕੇ ਉਹਦੇ ਵਿੱਚ ਝੋਨਾ ਜਾਂ ਖੇਤੀ ਜਾ ਰਹੇ ਆ ਜੀ,
ਜੀ 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 ਬਹੁਤ ਬਹੁਤ ਧੰਨਵਾਦ ਜੀ, ਇਸ ਗੱਲ ਬਾਰੇ ਵੀ ਆਪਾਂ ਵਿਚਾਰ ਕਰ ਲੈਂਦੇ ਹਾਂ। ਇੱਕ ਹੋਰ ਵੀ ਕਾਲਰ ਬੜੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਹਾਂਜੀ, ਛੋਟੇ ਵੀਰੇ, ਦੋਨਾਂ ਵੀਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਲੂਵਾਲੀਆ ਸਾਹਿਬ ਐਂਡ ਸ਼ਰਮਾ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੇਖੋ ਮੈਂ ਸਿਰਫ ਤੁਹਾਡਾ ਅੱਧਾ ਹੀ ਮਿੰਟ ਲੈਣਾ। ਮੈਂ ਸਿਰਫ ਕਿਸਾਨਾਂ ਤੇ ਹੀ ਗੱਲ ਕਰਨੀ ਆ ਕਿ ਅਸੀਂ ਵੀ ਕਿਸਾਨੀ ਕਰਦੇ ਹਾਂ ਕਿ ਸਾਨੂੰ ਕਿੱਥੋਂ ਕਿੱਥੋਂ ਮਾਰ ਪੈਂਦੀ ਆ। ਜੀ, ਸਭ ਤੋਂ ਵੱਡੀ ਮਾਰ ਤਾਂ ਕਿਸਾਨ ਨੂੰ ਸ਼ੁਰੂ ਤੋਂ ਜੋ ਲਿਖਦੇ ਪੜ੍ਹਦੇ ਆਏ ਅਸੀਂ, ਇਹ ਰੱਬ 100% ਤਾਂ ਰੱਬ ਦੇ ਕਹਿਣ ਦਾ ਕੋਈ ਪਤਾ ਨਹੀਂ, ਜਿੰਨੇ ਕਦੇ ਘਰ ਨਹੀਂ ਆ ਜਾਂਦੀ ਫਸਲ। ਜੀ ਜੀ ਜੀ, ਵੀ ਦੇਖੋ ਉਹ ਲਿਖਦੇ ਕਿ ਪੱਕੀ ਖੇਤੀ ਵੇਖ ਕੇ ਗਰਭ ਕਰੇ ਕਿਸਾਨ, ਬਾਹੋਂ ਝੱਖੜ ਝੋਲਿਓ ਘਰ ਆਵੇ ਤਾਂ ਜਾਣ। ਜੀ, ਫਿਰ ਅਸੀਂ ਆਪਣੇ ਆਪ ਮਾਰ ਕਿੱਦਾਂ ਖਾਂਦੇ ਹਾਂ। ਮੈਂ ਦੇਖੋ ਚੋਟੀ ਦੇ ਜਿਹੜੇ ਕਵੀ ਹੁੰਦੇ ਹੋ ਗਏ ਸਾਡੇ, ਜੋ ਹੁਣ ਇੱਥੇ ਵੀ ਆਉਂਦੇ, ਬਲਿਆਰ ਸਿੰਘ ਰੰਧਾਵਾ, ਭੋਗਲ ਜੀ ਆਉਂਦੇ ਆ, ਚੰਗੇ ਵਿਚਾਰ ਰੱਖਣ ਵਾਲੇ ਹਰਭਜੇ ਜੀ, ਹੋਰ ਵੀ ਬਹੁਤ ਸਾਰੇ ਆਉਂਦੇ ਆ ਜੀ, ਕਿ ਕਵੀ ਜਿਹੜੇ ਇੱਕ ਨੀਂਹ ਪੱਥਰ ਹੁੰਦਾ ਆ ਸਾਡੀ ਕੌਮ ਦਾ ਜੀ, ਪਰ ਅਸੀਂ ਪੜ੍ਹ ਨਹੀਂ ਸਕੇ ਬੜਾ ਕੁਛ ਅਸੀਂ ਇਹਨਾਂ ਚੀਜ਼ਾਂ ਤੋਂ ਹੀ ਪਿੱਛੇ ਰਹਿ ਗਏ। ਅਸੀਂ ਕਿਸਾਨ ਮਾਰ ਕਿਉਂ ਖਾ ਰਹੇ ਹਾਂ? ਉਹ ਲਿਖਦੇ ਕਿ ਕੈਲਮ ਦੀ ਊਣ ਹੈ ਮੁੰਡੇ ਪੜ੍ਹਨੇ ਪਾਏ, ਦੂਜਾ ਝੱਸ ਸ਼ਰਾਬ ਦਾ ਇਸ ਤੋਂ ਜਾਨ ਛਡਾਏ। ਜੀ, ਕੀ ਬਾਤ ਹੈ। ਤੀਜਾ ਐਬ ਕਪਤ ਦਾ ਖੈ ਖੈ ਮਰੋ ਭਰਾਏ, ਉਹ ਫੇਰ ਮੁਕੱਦਮੇ ਲੜਦਿਆਂ ਝੁੱਗਾ ਉੱਜੜ ਜਾਏ। ਜੀ ਜੀ, ਪੰਜਵਾਂ ਚਸਕਾ ਕਰਜ ਦਾ ਵਾਹਣ ਛੱਡੇ ਤੂੰ ਖਾਏ, ਉਹ ਪੰਜੇ ਭੈੜੀਆਂ ਬਾਦੀਆਂ ਬਰਕਤ ਖੜ ਨਾ ਡਾਏ, ਜੇ ਪੰਜਾਂ ਦੇ ਪੰਜਿਓ ਪਾ ਜਾਵੇ ਛਟਕਾਰ, ਫੇਰ ਜੇ ਪੂਰੀ ਨਾ ਪੈ ਤਾਂ ਚਾਤਰਕ ਜ਼ਿੰਮੇਵਾਰ। ਅਸੀਂ ਆਪਣੇ ਆਪ ਵੀ ਇਹਨਾਂ ਚੀਜ਼ਾਂ ਤੋਂ ਮਾਰ ਖਾਂਦੇ ਹਾਂ। ਜੀ 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 ਜੀ, ਹਾਂਜੀ, ਮੈਂ ਬਸ ਇੰਨਾ ਹੀ ਕਹਿਣਾ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮੱਚ ਜੀ। ਕੁਦਰਤੀ ਮਾਰ ਜੀ, ਕੁਛ ਆਪਣੇ ਆਪ ਦੀ ਮਾਰ, ਕੁਛ ਆਪਣੇ ਆਪ ਦੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਤੇ ਜਿਵੇਂ ਤੁਸੀਂ ਵੇਖਿਆ ਸਾਡੇ ਕਾਲਰਸ ਨੇ ਆਪਣੀ ਆਪਣੀ ਗੱਲ ਰੱਖੀ, ਤਾਂ ਤੁਹਾਨੂੰ ਕੀ ਲੱਗਦਾ ਇਹਨਾਂ ਦੀ ਜਿਹੜੀ ਇਹਨਾਂ ਦੇ ਜਿਹੜੇ ਵਿਚਾਰ ਹਨ, ਇਹਨਾਂ ਦੇ ਵਿਚਾਰ ਤੋਂ ਲੱਗਦਾ ਕਿ ਕਿੱਥੇ ਨਾ ਕਿੱਥੇ ਚਲੋ ਗਲਤੀ ਹੈਗੀ ਹੈ ਸਰਕਾਰਾਂ ਦੀ, ਕੁਦਰਤ ਦੀ ਮਾਰ ਪੈ ਰਹੀ ਹੈ? ਤੁਹਾਨੂੰ ਲੱਗਦਾ ਕਿ ਇਹ ਨਿੱਜੀ ਜ਼ਿੰਮੇਵਾਰੀ ਵੀ ਬਣਦੀ ਹੈ ਸਾਡੀ? ਨਿੱਜੀ ਤਾਂ ਹੈ ਹੀ, ਮਤਲਬ ਇੱਕ ਕਿਸਾਨ ਤਾਂ ਜਿਹੜੇ ਹੈਗੇ ਨੇ, ਕਿਸਾਨੀ ਤਾਂ ਸਫ਼ਰ ਕਰਦੀ ਹੈ, ਜਿਸ ਤਰ੍ਹਾਂ ਗੱਲ ਹੋਈ ਕਿ ਹਰ ਸਟੇਜ 'ਤੇ ਉਹ ਸਹੀ ਕਹਿ ਰਹੇ ਕਿ ਜਦ ਤੱਕ ਫਸਲ ਪੱਕ ਕੇ ਘਰ ਨਾ ਆ ਜਾਏ ਤਦ ਤੱਕ ਤਾਂ ਡਰ ਲੱਗਾ ਹੀ ਰਹਿੰਦਾ, ਅਤੇ ਉਹ ਸਾਰੀਆਂ ਚੀਜ਼ਾਂ ਹੈਗੀਆਂ। ਕਿਸਾਨੀ ਜਿਹੜਾ ਦੇਖੋ ਇੱਕ ਬੜਾ ਅਹਿਮ ਸੈਗਮੈਂਟ ਹੈ, ਫਾਰਮਰਸ ਬੜੇ ਇੰਪੋਰਟੈਂਟ ਨੇ ਸਾਡੇ ਵਾਸਤੇ, ਅੰਨਦਾਤਾ ਹੈ, ਰੋਟੀ ਉਹਨਾਂ ਨੇ ਉਗਾ ਕੇ ਦੇਣੀ ਹੈ। ਸਾਡੇ ਇੱਥੇ ਇੱਕ ਸਭ ਤੋਂ ਵੱਡਾ ਟ੍ਰੈਜਡੀ ਹੈ ਕਿ ਨੋਟ ਓਨਲੀ ਪੰਜਾਬ, ਹਰਿਆਣਾ, ਕਿਸੇ ਵੀ ਸਾਡੇ ਹਰ ਸੂਬੇ ਦੇ ਵਿੱਚ ਕਿਸਾਨੀ ਨੂੰ ਲੈ ਕੇ ਇੱਕ ਬੜਾ ਕੋਝਾ ਮਜ਼ਾਕ ਹੁੰਦਾ। ਸਾਡੇ ਪੋਲੀਟੀਕਲ ਸਿਸਟਮ ਨੇ ਕਿਸਾਨਾਂ ਨੂੰ ਸਿਰਫ ਇੱਕ ਵੋਟ ਲੈਣ ਵਾਸਤੇ, ਉਹਨਾਂ ਦੇ ਇਮੋਸ਼ਨਸ ਨੂੰ ਖੇਲ ਕੇ ਆਪਣਾ ਕੰਮ ਸੁਧਾਰਨ ਵਾਸਤੇ ਕੀਤਾ। ਹੁਣ ਜਿੱਦਾਂ ਪੰਜਾਬ ਦੀ ਉਹਨਾਂ ਨੇ ਗੱਲ ਕੀਤੀ ਵੀ ਇਜਲਾਸ ਹੋਇਆ 2 ਦਿਨ, ਤੁਸੀਂ ਦੇਖੋ 2 ਦਿਨ ਦੇ ਇਜਲਾਸ ਵਿੱਚ ਕੀ ਹੋਇਆ? ਬੇਅਦਬੀ ਦੇ ਵਿੱਚ ਬਹਿਸ ਹੋਈ, ਦੂਜੀ ਪਾਰਟੀ ਦੀ ਨੁਕਤਾਚੀਨੀ ਕੀਤੀ, ਉੱਠ ਕੇ ਘਰ ਚਲੇ ਗਏ। ਐਜੂਕੇਸ਼ਨ ਦੀ ਕਿਸੇ ਨੇ ਗੱਲ ਕੀਤੀ, ਹੈਲਥ ਦੀ ਕੀਤੀ? ਸਾਡੇ ਇੱਥੇ ਹੈਲਥ, ਐਜੂਕੇਸ਼ਨ ਔਰ ਕਿਸਾਨੀ ਬਾਰੇ ਪੰਜਾਬ 'ਚ ਕੌਣ ਗੱਲ ਕਰਦਾ ਅੱਜ ਦੀ ਡੇਟ 'ਚ? ਕੋਈ ਨਹੀਂ ਗੱਲ ਕਰਦਾ। ਸਿਰਫ ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਆਏ, ਉਹਨਾਂ ਨੇ ਕਿਹਾ ਜੀ ਕਰਜ਼ਾ ਮਾਫ਼ ਕਰਨ ਦੀ ਕੀਤਾ ਸੀ, ਉਹ ਕਿਸ਼ਤਾਂ ਵਿੱਚ ਕਰਜ਼ਾ ਮਾਫ਼ ਹੋ ਰਿਹਾ, ਅੱਜ ਇਸ ਜ਼ਿਲ੍ਹੇ 'ਚ ਹੋ ਗਿਆ, ਅੱਜ ਉਸ ਜ਼ਿਲ੍ਹੇ 'ਚ ਹੋ ਗਿਆ। ਹੁਣ ਉਸ ਚੀਜ਼ 'ਚੋਂ ਹਲੇ ਬਾਹਰ ਨਹੀਂ ਆਇਆ, ਇਹ ਨਵਾਂ ਚੈਪਟਰ ਖੁੱਲ ਗਿਆ, ਇਹ ਹੁਣ ਨਵਾਂ ਕੰਪਨਸੇਸ਼ਨ ਦਿਓ, ਨਵੀਂ ਗਿਰਦਾਵਰੀ ਕਰਾਓ, ਇਹ ਨਵਾਂ ਉਹਨਾਂ ਨੇ ਫਿਰ ਕਹਿਣਾ ਖਜ਼ਾਨਾ ਖਾਲੀ ਹੈ ਜੀ, ਸਮਝ ਲਓ। ਹੁਣ ਇੱਕ ਅਨਾਊਂਸਮੈਂਟ ਆਏਗੀ ਕਿ 1000 ਕਰੋੜ ਦਾ ਕੰਪਨਸੇਸ਼ਨ ਦਿਆ ਗਿਆ, 1000 ਕਰੋੜ 'ਚੋਂ ਮਿਲਣੀ ਹੋਈ ਹੈ 10-10 ਰੁਪਏ, 20-20 ਰੁਪਏ, 50-50 ਰੁਪਏ, ਕਿਉਂਕਿ ਲੱਖਾਂ ਕਿਸਾਨਾਂ ਨੂੰ ਜਦੋਂ ਤੁਸੀਂ ਡਿਵਾਈਡ ਕਰੋਗੇ ਪੈਸੇ, ਤਾਂ ਉਹ ਨੋਰਮਲੀ ਕੀ ਹੁੰਦਾ ਕਿ ਉਹ ਹੱਕ ਮਾਰਿਆ ਜਾਂਦਾ, ਜੋ ਅਸਲੀ ਜਿੱਦਾਂ ਉਹ ਕਹਿੰਦੇ ਨਾ ਰਾਜੀਵ ਗਾਂਧੀ ਕਿਹਾ ਸੀ, ਕੋਈ 1 ਰੁਪਿਆ ਭੇਜਦੇ ਤਾਂ ਪਿੰਡਾਂ 'ਚ 10 ਪੈਸੇ ਪਹੁੰਚਦੇ ਆ, ਅਸਲੀ ਸੱਚਾਈ ਇਹ ਵੈ, ਰੁਪਈਆ ਚੱਲਣਾ ਕਿਸਾਨ ਦੇ ਕੋਲ 10 ਪੈਸੇ ਪਹੁੰਚਣੇ ਆ। ਇਹ ਪਟਵਾਰੀ ਤੋਂ ਲੈ ਕੇ, ਤਹਿਸੀਲਦਾਰ ਤੋਂ ਲੈ ਕੇ, ਅਫਸਰਾਂ ਤੋਂ ਲੈ ਕੇ, ਸਾਰੇ ਵਿੱਚ ਇਹ ਸਾਰਾ ਸਿਸਟਮ ਹੀ ਕਰਪਟ ਹੈ। ਅਤੇ ਪ੍ਰੋਬਲਮ ਇਹ ਹੈ ਕਿ ਅਸੀਂ ਗੱਲ ਜੋ ਡਿਸਕਸ ਕਰ ਰਹੇ ਹਾਂ ਅੱਜ ਕਿ ਕਿਸਾਨੀ ਹੈ, ਕਿਸਾਨੀ ਸਾਡੀ ਹਰ ਪੈਕ ਸਟੈਪ ਦੇ ਉੱਤੇ ਮਾਰ ਕਿਉਂ ਖਾਂਦੀ ਹੈ? ਹਰ ਵਾਰੀ ਉਹ ਵਿਚਾਰੇ ਕਿਉਂ ਪਰੇਸ਼ਾਨ ਹੁੰਦੇ ਨੇ? ਹਰ ਵਾਰੀ ਉਹ ਮਤਲਬ ਅਲਟੀਮੇਟਲੀ ਕਈ ਕਿਸਾਨਾਂ ਦੀ ਹਿੰਮਤ ਜਵਾਬ ਦੇ ਦਿੰਦੀ ਹੈ, ਉਹ ਆਪਣਾ ਪੈਸਟੀਸਾਈਡ ਪੀ ਕੇ ਸੁਸਾਈਡ ਕਰ ਲੈਂਦੇ ਆ। ਇਹ ਚੀਜ਼ ਹੈਗੀ ਹੈ, ਅਤੇ ਇਹ ਸਾਡੀ ਕਿਸਾਨੀ ਨੂੰ ਥੋੜ੍ਹੀ ਰਿਸਪੈਕਟ ਦੇਣ ਦੀ ਲੋੜ ਹੈ, ਜੋ ਉਹਨਾਂ ਨੂੰ ਥੋੜ੍ਹਾ ਜਿਹਾ ਵਾਅਦਾ ਕੀਤਾ ਗਿਆ ਉਹਨੂੰ ਦੇਖਣ ਦੀ ਲੋੜ ਹੈ, ਔਰ ਉਹਨਾਂ ਦੇ ਨਾਲ ਅਗਲੇ ਇੱਕ ਵਿਜ਼ਨ ਹੋਣਾ ਚਾਹੀਦਾ ਕਿ ਕਿਸਾਨੀ ਦੇ ਨਾਲ ਅਗਲੇ ਕੀ ਪ੍ਰੋਬਲਮ ਹੋ ਸਕਦੀ ਹੈ ਉਹਨੂੰ ਤੁਸੀਂ, ਠੀਕ ਹੈ, ਕੁਦਰਤ ਦੀ ਮਾਰ ਨੂੰ ਘੱਟ ਨਹੀਂ ਕਰ ਸਕਦੇ ਉਹਨਾਂ ਦੇ, ਥੋੜ੍ਹਾ ਕੁਛ ਤਾਂ ਉਹਨਾਂ ਨੂੰ ਮਲਮ ਲਗਾਓ, ਕੁਛ ਤਾਂ ਉਹਨਾਂ ਨੂੰ ਜ਼ਖਮਾਂ 'ਤੇ ਨੂਨ ਨਾ ਛਿੜਕੋ, ਕੁਛ ਮਲਮ ਲਗਾਓ। ਕਿਸਾਨੀ ਇਹੀ ਚਾਹੁੰਦੀ ਹੈ ਜੀ, ਇਹੀ ਚੀਜ਼ ਹੈ, ਅਤੇ ਉਹ ਪੰਜਾਬ ਦੇ ਪੋਲੀਟੀਕਲ ਸਿਸਟਮ ਨੂੰ, ਸਾਡੇ ਇੰਟਾਇਰ ਕੰਟਰੀ ਦੇ ਪੋਲੀਟੀਕਲ ਸਿਸਟਮ ਨੂੰ ਉਹ ਦੇਖਣਾ ਚਾਹੀਦਾ ਜੀ, ਹਮੇਸ਼ਾ ਹੁੰਦਾ। ਚਲੋ, ਅਤੇ ਦੇਖਣ ਦੀ ਤਾਂ ਲੋੜ ਹੈਗੀ ਹੈ, ਨਾਲ ਇੱਥੇ ਜਿਵੇਂ ਸਾਨੂੰ ਦੱਸਿਆ ਕਿ ਸਿਸਟਮ ਨੂੰ ਸੁਧਾਰਨ ਦੀ ਲੋੜ ਹੈਗੀ ਹੈ,
ਅਤੇ ਲੇਕਿਨ ਸਿਸਟਮ ਸੁਧਾਰਨ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਤ੍ਰਾਸਦੀ ਅੱਜ ਪੰਜਾਬ ਦੇ ਵਿੱਚ ਆਈ ਹੋਈ ਹੈ ਜਾਂ ਫਿਰ ਵੱਖ ਵੱਖ ਜਿਹੜੇ ਹੋਰ ਸੂਬੇ ਭਾਰਤ ਦੇ ਹਨ ਉੱਥੇ ਆਈ ਹੈ, ਤਾਂ ਸਿਸਟਮ ਤੋਂ ਨਿਪਟਾਰਾ ਹੋ ਸਕਦਾ ਹੈ ਕਿ ਖੁਦ ਆਪਣੀ ਆਪ ਦੀ ਅਫਸਰ ਵੀ ਜ਼ਿੰਮੇਵਾਰੀ ਸਮਝਣ ਕਿ ਜੇਕਰ ਮੈਂ ਅਜਿਹਾ ਸਟੈਪ ਲੈਣਾ ਤਾਂ ਇਹਦਾ ਖਾਮੇ ਆ ਜਾ ਕਈ ਪਰਿਵਾਰਾਂ ਨੂੰ ਭੁਗਤਣਾ ਪੈ ਸਕਦਾ, ਔਰ ਜੋ ਕਿ ਪੰਜਾਬ ਦੇ ਵਿੱਚ ਹੋ ਵੀ ਰਿਹਾ। ਇੱਕ ਅਫਸਰ ਦੀ ਗਲਤ ਗੱਲ ਨੂੰ ਲੈ ਕੇ ਅਗਰ ਅਸੀਂ ਕਹੀਏ ਜਾਂ ਫਿਰ ਉਹ ਕਰਪਟ ਹੈਗਾ ਜਾਂ ਫਿਰ ਉਹ ਗਲਤੀ ਕਰਦਾ, ਲੇਕਿਨ ਉਹਦਾ ਖਾਮਿਆਜ਼ਾ ਕਿਤੇ ਨਾ ਕਿਤੇ ਅੱਗੇ ਭੁਗਤਣਾ ਪੈ ਸਕਦਾ ਹੈ। ਅਗਰ ਇਹ ਅਫਸਰ ਵੀ ਸੋਚ ਲਏ ਕਿ ਹਾਂ ਮੈਂ ਨਹੀਂ ਕਰਾਂਗਾ ਔਰ ਨਾ ਮੈਂ ਕਰਨ ਦੇਵਾਂਗਾ, ਕਿ ਸਾਡੇ ਸਿਆਸਤਦਾਨ ਵੀ ਇਹ ਸੋਚ ਲੈਣ ਕਿ ਨਹੀਂ ਮੈਂ ਇਹ ਨਹੀਂ ਕਰਾਂਗਾ ਔਰ ਨਾ ਕਰਨ ਦੇਵਾਂਗਾ, ਮੈਨੂੰ ਲੱਗਦਾ ਕਿ ਬਹੁਤ ਵਧੀਆ ਹੋਏਗਾ ਪੰਜਾਬ ਦੇ ਲਈ, ਲੇਕਿਨ ਅਜੇ ਇਹ ਤਸਵੀਰ ਸਾਨੂੰ ਨਜ਼ਰ ਨਹੀਂ ਆਉਂਦੀ। ਤਸਵੀਰ ਦੇ ਵਿੱਚ ਉਹੀ ਰਿਸ਼ਵਤਾਂ, ਉਹੀ ਰਿਸ਼ਵਤਖੋਰੀ, ਉਹੀ ਦਰਦ ਜਿਹੜਾ ਉਹ ਨਜ਼ਰ ਆਉਂਦਾ, ਲੇਕਿਨ ਕੋਸ਼ਿਸ਼ ਕੀਤੀ ਜਾ ਸਕਦੀ ਹੈ ਅਗਰ ਅਸੀਂ ਵੀ ਥੋੜ੍ਹਾ ਬਹੁਤ ਆਪਣੇ ਘਰਦਿਆਂ ਨੂੰ ਯਾਨੀ ਕਿ ਆਪਣੇ ਰਿਲੇਟਿਵਸ ਨੂੰ ਡਿਜ਼ਾਸਟਰ ਮੈਨੇਜਮੈਂਟ ਦੀ ਜਿਹੜੀ ਥਿਊਰੀ ਦੀ ਆਪਾਂ ਗੱਲ ਕਰ ਰਹੇ ਸੀ, ਅਗਰ ਉਹ ਸਮਝਾ ਸਕੀਏ ਕਿ ਆਪਾਂ ਕਿਵੇਂ ਨਿਪਟਾਰਾ ਕਰ ਸਕਦੇ ਹਾਂ, ਥੋੜ੍ਹਾ ਐਜੂਕੇਟ ਕਰ ਸਕਦੇ ਹਾਂ, ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜਾ ਅੱਜ ਖਾਮਿਆਜ਼ਾ ਭੁਗਤਣਾ ਪਿਆ ਉਹ ਨਹੀਂ ਭੁਗਤਣਾ ਪਏਗਾ। ਤੁਸੀਂ ਚਾਹੁੰਦੇ ਹੋ ਕਿ ਅਜਿਹੇ ਹੋਰ ਵੀ ਕਈ ਮੁੱਦੇ ਹਨ ਔਰ ਅਜਿਹੇ ਹੋਰ ਵੀ ਕਈ ਵਿਚਾਰ ਹਨ ਜੋ ਕਿ ਤੁਸੀਂ ਮੇਰੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਅੱਜ ਫੋਨ ਦੇ ਉੱਤੇ ਨਹੀਂ ਕਰ ਪਾਏ ਜਾਂ ਮੈਂ ਤੁਹਾਡੀ ਫੋਨ ਕਾਲ ਨੂੰ ਨਹੀਂ ਚੱਕ ਪਾਇਆ, ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ, ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਕੇ ਆਪਣੀ ਗੱਲ ਰੱਖ ਸਕਦੇ ਹੋ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੇ ਅਤੇ ਮੇਰੇ ਨਾਲ ਬੈਠੇ ਨਵੀਨ ਸ਼ਰਮਾ ਜੀ ਹੋਰਾਂ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।